मैं सोचा मैं रुक के ही कहूँगा कि जी आ झंडियाँ कादे वास्ते लाइया ने। इस तो पहले कि मैं कहता वह बजुर्ग कहता ये तो कहना एवं ने अंदरों थोड़े नाल ही। सो 10 मार्च न जोड़े अंदरले ने ना 10 मार्च न वह बहर आन गए। थोड़ा कोई सवाल होगा सब तो बाद कौन लड़ता सी पंजाब दे मुद्दे ते जो मैं कहिंदा सी बह जा बीबा बह जा गुरुद्वारे बेच के खा के तुसी रहन दे। 7 साल तो मैं मेनू लोगों ने पंजाब दे लोगों ने संगरूर दे लोगों ने बना के भेजे। अच्छा एक मिनट मैं थोड़े पत्रकारों को पूछना चाहना तुम मैं पंजाब दे लोगों ने सवाल क्यों नहीं पूछे। ये कहता सिद्धू ने कहा ये कहता हरसिमरत ने कहा कोई हूँ कहू चनी ने कहा लोगों ने की कहा मैंने दसो। मेरा सवाल ये है हाँ ਤੁਸੀਂ ਸਾਰੇ ਜਗ੍ਹਾ ਆਸੇ ਪਾਸੇ ਰੈਲੀਆਂ ਕਰ ਲਈਆਂ ਹਾਂਜੀ ਮਨਪ੍ਰੀਤ ਬਾਦਲ ਜੀ ਤੁਹਾਡੇ ਪੁਰਾਣੇ ਸਾਥੀ ਲਿਆ ਰਹੇ ਆ ਲੋਕ ਚਰਚਾ ਕਰਦੇ ਆ ਵੀ ਭਗਵੰਤ ਮਾਨ ਇਸੇ ਕਰਕੇ ਬਠਿੰਡੇ ਦੇ 18 ਤਰੀਕ ਤੋਂ ਬਾਅਦ ਪੁੱਛ ਲਿਆ ਮੈਨੂੰ ਜਦੋਂ ਪ੍ਰਚਾਰ ਖਤਮ ਹੋ ਗਿਆ ਕਿ ਤੂੰ ਬਠਿੰਡੇ ਕਿਉਂ ਨਹੀਂ ਆਇਆ। ਹਾਈਪੋਥੈਟੀਕਲ ਕੁਐਸਚਨ ਹੈ ਆਉਂਗਾ ਤੁਸੀਂ ਪਹਿਲਾਂ ਮੈਨੂੰ 2 ਮਹੀਨੇ ਪਹਿਲਾਂ ਇਹ ਕਹਿੰਦੇ ਰਹੇ 17 ਵਾਲਾ ਮਾਹੌਲ ਨਹੀਂ ਬਣ ਰਿਹਾ ਜੀ ਤੇ ਹੁਣ ਜਾ ਕੇ ਦੇਖੋ ਆ ਚਲੋ ਮੇਰੇ ਨਾਲ ਤੁਸੀਂ ਕਿਹੜੇ ਵਾਲਾ ਮਾਹੌਲ ਹੈ ਥੋੜ੍ਹਾ ਤੁਸੀਂ ਕਾਲੀ ਕਰ ਜਾਂਦੇ ਆਰਾਮ ਨਾਲ ਹੈ ਨਾ। 18 ਤਰੀਕ ਤੋਂ ਪਹਿਲਾਂ ਪਹਿਲਾਂ ਬਠਿੰਡੇ ਵੀ ਰੈਲੀ ਕਰਾਂਗੇ ਔਰ ਵੱਡੀ ਰੈਲੀ ਕਰਾਂਗੇ। ਮਾਨ ਸਾਹਿਬ ਡੇਰਾ ਪ੍ਰਮੁੱਖ ਨੂੰ ਪੈਰੋਲ ਮਿਲੀ ਹੈ ਕਿਸ ਤਰ੍ਹਾਂ ਦੇਖੀ ਕਾਨੂੰਨੀ ਦੇਖੋ ਇਹ ਕਾਨੂੰਨੀ ਕਾਰਵਾਈ ਮਾਲਵਾ 'ਚ ਬੜਾ ਪ੍ਰਭਾਵ ਹੈ ਜੀ ਦੇਖੋ ਸਬ ਡਿਵੀਜ਼ਨ ਮਾਮਲਾ ਹੈ ਕੋਰਟ ਦਾ ਮਾਮਲਾ ਮੈਂ ਇਹ ਕੀ ਕਮੈਂਟ ਕਰ ਸਕਦਾ ਨਹੀਂ ਸਰ ਮਤਲਬ ਕਾਨੂੰਨ ਨੇ ਜੇ ਕੋ ਪਹਿਲਾਂ ਕੋਰਟ ਨੇ ਰਿਜੈਕਟ ਵੀ ਕੀਤੀਆਂ ਉਹਦੀਆਂ ਬੇਲਸ ਠੀਕ ਹੈ ਨਾ ਉਹਨੂੰ ਮੈਡੀਕਲ ਤੌਰ ਤੇ ਛੁੱਟੀ ਵੀ ਦਿੱਤੀ ਤੇ ਹੁਣ ਜੇ ਪੈਰੋਲ ਦਿੱਤੀ ਹੈ ਤਾਂ ਇਸ 'ਚ ਮੈਂ ਤਾਂ ਕੁਛ ਨਹੀਂ ਦੱਸਦਾ। ਕਿਸਾਨ ਅੰਦੋਲਨ ਦੇ ਕਰਕੇ ਭਾਜਪਾ ਦੇ ਪੰਜਾਬ 'ਚ ਉਖੜੇ ਪੈ ਕਾਂਗਰਸ ਦਾ ਮਤਲਬ ਆਪਸੀ ਜੋ ਉਹਨਾਂ ਦੀ ਕਲੇਸ਼ ਹੈ ਤੇ ਅਕਾਲੀਆਂ ਪ੍ਰਤੀ ਲੋਕਾਂ ਦਾ ਰੋਹ ਤੁਹਾਡੀ ਪਾਰਟੀ ਇਸ ਵਕਤ ਪੰਜਾਬ ਵਿੱਚ ਸਭ ਤੋਂ ਅੱਗੇ ਜਾ ਰਹੀ ਹੈ ਪਰੰਤੂ ਜੋ ਲੋਕਾਂ ਦੇ ਵਿੱਚ ਇੱਕ ਗੱਲ ਹੈ ਕਿ ਕਿਤੇ ਨਾ ਕਿਤੇ ਇਹ ਹੋ ਸਕਦਾ ਕਿ ਪੰਜਾਬ ਦੇ ਵਿੱਚ ਕਲੀਅਰ ਮੈਜੋਰਿਟੀ ਨਹੀਂ ਆਉਂਦੀ ਪਰੰਤੂ ਜੇਕਰ ਆਮ ਆਦਮੀ ਪਾਰਟੀ ਸਭ ਤੋਂ ਉੱਪਰ ਰਹਿੰਦੀ ਹੈ ਤੇ ਇਹਨੂੰ ਜੇਕਰ ਕਿਸੇ ਪਾਰਟੀ ਨਾਲ ਇਹਨੂੰ ਗੱਠਜੋੜ ਕਰਨਾ ਪੈਂਦਾ ਤਾਂ ਕੀ ਅਕਾਲੀ ਕਾਂਗਰਸ ਨੇ ਦੇ ਨਾਲ ਕੁਝ ਉਸ ਬਾਰੇ ਸੋਚਿਆ ਨਹੀਂ ਮੈਨੂੰ ਲੱਗਦਾ ਇਦਾਂ ਦੀ ਲੋੜ ਨਹੀਂ ਪੈਣੀ ਜਿਸ ਤਰੀਕੇ ਦਾ ਲੋਕਾਂ ਦਾ ਮਾਹੌਲ ਹੈ। ਹਾਂ ਹਜੇ ਤੱਕ ਅਸੀਂ 57-58 ਤੱਕ ਦਿਖਾ ਰਹੇ ਨੇ ਜਿਹੜੇ ਹੈ ਨਾ ਪਰ ਆਖਰੀ ਦਿਨਾਂ 'ਚ ਆ ਕੇ ਲੋਕ ਮੈਨੂੰ ਲੱਗਦਾ ਕਿ ਇੱਦਾਂ ਨਹੀਂ ਹੋਣ ਦੇਣਗੇ ਕਿ ਕਿਸੇ ਨੂੰ ਕਿਸੇ ਨਾਲ ਗੱਠਜੋੜ ਕਰਨਾ ਪਵੇ।